ਸਮਗਲ ਕਰਨ ਦਾ ਮਾਮਲਾ ਸੀਗਾ ਇਹ ਕਾਫੀ ਚਿਰ ਤੋਂ ਸਾਨੂੰ ਸ਼ਿਕਾਇਤ ਆ ਰਹੀ ਸੀਗੀ ਕਿ ਇਨਮੇਟਸ ਜਿਹੜੇ ਬਾਹਰ ਕੋਰਟ ਤੋਂ ਪੇਸ਼ੀ ਭੁਗਤਣ ਹੁੰਦੇ ਨੇ ਉਹ ਆਪਣੇ ਨਾਲ ਡਰੱਗਸ ਵਗੈਰਾ ਜਿਹੜੀਆਂ ਨੇ ਉਹ ਨਾਲ ਲੈ ਕੇ ਜੇਲ੍ਹ 'ਚ ਚਲੇ ਜਾਂਦੇ ਐਫ ਆਈ ਆਰ ਰਜਿਸਟਰ ਕਰਨ ਤੋਂ ਬਾਅਦ ਤਫਤੀਸ਼ ਦੇ ਦੌਰਾਨ ਸਾਨੂੰ ਇਹ ਨੈਕਸਸ ਦਾ ਪਤਾ ਲੱਗਾ ਉਸ ਦੇ ਵਿੱਚ ਇੱਕ ਰਾਜੂ ਚਾਹ ਵਾਲਾ ਜਿਹੜਾ ਕੋਰਟ ਕੰਪਲੈਕਸ ਵਿੱਚ ਚਾਹ ਦਾ ਕੋਖਾ ਰਨ ਕਰਦਾ ਉਹ ਫਿਗਰ ਹੋਇਆ ਔਰ ਉਹਦੇ ਨਾਲ ਇੱਕ ਪੁਲਿਸ ਮੁਲਾਜ਼ਮ ਏ ਐਸ ਆਈ ਬਲਬੀਰ ਕੁਮਾਰ ਸੀਗਾ ਕੇਂਦਰੀ ਜੇਲ੍ਹ ਅੰਦਰ ਗੋਲੀਆਂ ਤੇ ਹੈਰੋਇਨ ਸਪਲਾਈ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਥਾਣੇਦਾਰ ਸਮੇਤ ਚਾਹ ਵਾਲੇ ਨੂੰ ਕੀਤਾ ਕਾਬੂ ਐਸਟੀਐਫ ਲੁਧਿਆਣਾ ਰੇਂਜ ਨੇ ਗੁਪਤ ਸੂਚਨਾ ਦੇ ਆਧਾਰ ਤੇ ਕੇਂਦਰੀ ਜੇਲ੍ਹ ਅੰਦਰੋਂ ਬੰਦ ਹਵਾਲਾਤੀ ਕੋਲੋਂ 600 ਨਸ਼ੀਲੀਆਂ ਗੋਲੀਆਂ ਬਰਾਮਦ ਕਰਕੇ ਉਪਰੋਕਤ ਦੋਸ਼ੀ ਨੂੰ ਪ੍ਰੋਡਕਸ਼ਨ ਵਾਰੰਟ ਤੇ ਗ੍ਰਿਫਤਾਰ ਕਰਨ ਤੋਂ ਬਾਅਦ ਕੀਤੀ ਗਈ ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਕਿ ਇਹ ਨੈੱਟਵਰਕ ਇੱਕ ਪੁਲਿਸ ਮੁਲਾਜ਼ਮ ਜੋ ਕਿ ਏਐਸਆਈ ਦੇ ਅਹੁਦੇ ਤੇ ਤੈਨਾਤ ਹੈ ਵੱਲੋਂ ਇੱਕ ਚਾਹ ਵਾਲੇ ਨਾਲ ਮਿਲ ਕੇ ਚਲਾਇਆ ਜਾ ਰਿਹਾ ਸੀ ਜਿਸ ਤੋਂ ਬਾਅਦ ਦੋਸ਼ੀ ਮੁਲਾਜ਼ਮ ਅਤੇ ਚਾਹ ਵਾਲੇ ਨੂੰ ਕਾਬੂ ਕਰ ਲਿਆ ਗਿਆ प्रेस कॉन्फ्रेंस दौरान एसटीएफ दे एआईजी स्नेहदीप ने की कुछ दसिया आओ सुनते हां जेल दे विच ड्रग्स स्मगल करने का मामला सीगा ये काफी चिर तो सानू शिकायत आ रही सी कि इनमेट्स जिहड़े बाहर कोर्ट ते पेशी भुगतन हुंदे ने वह अपने नाल ड्रग्स वगैरह जिहड़ियां ने वह नाल लैके जेल च चले जांदे ने इसे तरह ही इसे दे विच असीं एफ आई आर रजिस्टर कीती है एफ आई आर रजिस्टर करने तों बाद तफतीश के दौरान सानू इह नैक्सस दा पता लगा उस दे विच इक राजू चाह वाला जिहड़ा कोर्ट कंपलैक्स विच चाह दा कोखा रन करदा वह फिगर होया ਔਰ ਉਹਦੇ ਨਾਲ ਇੱਕ ਪੁਲਿਸ ਮੁਲਾਜ਼ਮ ਏ ਐੱਸ ਆਈ ਬਲਬੀਰ ਕੁਮਾਰ ਸੀਗਾ ਜਿਹੜਾ ਕਿ ਕੈਦੀਆਂ ਨੂੰ ਲੈ ਕੇ ਆਉਂਦਾ ਸੀਗਾ ਉਹਨਾਂ ਦੇ ਨਾਲ ਐਸੋਸੀਏਸ਼ਨ ਸੀਗਾ ਰਾਜੂ ਦੇ ਨਾਲ ਐਸੋਸੀਏਸ਼ਨ ਦੇ ਵਿੱਚ ਉਹ ਇਹ ਡਰੱਗਸ ਰਿਸੀਵ ਕਰਕੇ ਇਹਨਾਂ ਕੈਦੀਆਂ ਦੇ ਥਰੂ ਅੰਦਰ ਸਮਗਲ ਕਰਦਾ ਸੀਗਾ ਇਹ ਪੁਲਿਸ ਲਾਈਨ ਦੇ ਵਿੱਚ ਤੈਨਾਤ ਸੀ ਔਰ ਕੈਦੀਆਂ ਦੇ ਨਾਲ ਡਿਊਟੀ ਦੇ ਵਿੱਚ ਆਉਂਦਾ ਸੀਗਾ ਇਨਮੇਟਸ ਦੇ ਨਾਲ ਅਸੀਂ ਜਿਹੜਾ ਰਾਜੂ ਚਾਹ ਵਾਲਾ ਵਾ ਉਹ ਵੀ ਅਰੈਸਟ ਕਰ ਲਿਆ ਔਰ ਇਸੇ ਤਰ੍ਹਾਂ ਜਿਹੜਾ ਏ ਐੱਸ ਆਈ ਬਲਬੀਰ ਕੁਮਾਰ ਜਿਹੜਾ ਉਸਨੂੰ ਵੀ ਅਰੈਸਟ ਕਰ ਲਿਆ ਹੈਗਾ ਔਰ ਏ ਐੱਸ ਆਈ ਅਤੇ ਅਸੀਂ ਅੱਜ ਪੇਸ਼ ਕਰਕੇ ਰਿਮਾਂਡ ਹੋਰ ਲੈ ਰਹੇ ਹਾਂ ਰਾਜੂ ਜਿਹੜਾ ਚਾਹ ਵਾਲਾ ਉਹਦੇ ਕੋਲੋਂ 110 ਗ੍ਰਾਮ ਹੈਰੋਨ ਵੀ ਬਰਾਮਦ ਹੋਈ ਹੈ ਅਸੀਂ ਇਸੇ ਐਫਰਟਸ ਦੇ ਵਿੱਚ ਹੀ ਅਸੀਂ ਇਹ ਸਾਰੀਆਂ ਕੋਸ਼ਿਸ਼ਾਂ ਕਰ ਰਹੇ ਹਾਂ ਐਫ ਆਈ ਰਜਿਸਟਰ ਕਰ ਰਹੇ ਹਾਂ ਹੁਣ ਅਸੀਂ ਐਸ ਟੀ ਐਫ ਐਫ ਆਈ ਆਰ ਰਜਿਸਟਰ ਕਰਦੀ ਔਰ ਤਫਤੀਸ਼ ਪੂਰਾ ਕਰ ਰਹੇ ਹਾਂ ਔਰ ਇਸੇ ਤਰ੍ਹਾਂ ਹੀ ਜਿਹੜਾ ਹੈਗਾ ਜੇਲ੍ਹ ਵਿਭਾਗ ਵੀ ਬੜਾ ਐਕਟਿਵ ਹੈ ਉਹਨਾਂ ਨੇ ਵੀ ਬੋਡੀ ਸਕੈਨਰ ਜਿਹੜੇ ਨੇ ਉਹ ਪਰਚੇਸ ਕਰਨ ਦੇ ਪ੍ਰੋਸੈਸ ਵਿੱਚ ਨੇ ਇੱਕ ਵਾਰੀ ਬੋਡੀ ਸਕੈਨਰ ਲੱਗ ਗਏ ਤਾਂ ਉਸ ਤੋਂ ਬਾਅਦ ਅੰਦਰ ਕੋਈ ਵੀ ਸਮਾਨ ਲੈ ਕੇ ਜਾਣਾ ਮੁਮਕਿਨ ਨਹੀਂ ਹੋਵੇਗਾ ਔਰ ਬੜੀ ਐਡਵਾਂਸ ਸਟੇਜ ਦੇ ਉੱਪਰ ਉਹਨਾਂ ਦਾ ਕੰਮ ਚੱਲ ਰਿਹਾ ਹੈ ਏਵਨ ਮੀਡੀਆ ਲਈ ਲੁਧਿਆਣਾ ਤੋਂ ਦਿਵਿਆਂਸ਼ੂ ਭੰਡਾਰੀ ਦੀ ਖਾਸ ਰਿਪੋਰਟ